ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬੈਂਕ ਦੇ ਵਿੱਚ ਬਹੁਤ ਵਧੀਆ ਭਰਤੀਆਂ ਆਈਆਂ ਨੇ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਬੈਂਕ ਦੇ ਵਿੱਚ ਨੌਕਰੀ ਹਾਸਲ ਕਰਨ ਵਾਲੇ ਜਾਵਨ ਉਮੀਦਵਾਰਾਂ ਦੇ ਲਈ ਬਹੁਤ ਵਧੀਆ ਵੀਡੀਓ ਹੈ ਪੂਰਾ ਵੀਡੀਓ ਨੂੰ ਅੰਤ ਤੱਕ ਦੇਖਣਾ ਬਹੁਤ ਵਧੀਆ ਨੋਟੀਫਿਕੇਸ਼ਨ ਹੈ ਜੋਬ ਸੰਬੰਧੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਅਗਰ ਤੁਸੀਂ ਇਸ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਬਟਨ ਨੂੰ ਵੀ ਦਬਾ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਅਸਾਮੀ ਸੰਬੰਧੀ ਜਾਣਕਾਰੀ ਪੇਪਰ ਸੰਬੰਧੀ ਜਾਣਕਾਰੀ ਜਾਂ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇੱਕ ਸਾਡਾ ਜੀ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਸਾਡੇ ਉਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਜਾਂ ਨਵਾਂ ਨੋਟੀਫਿਕੇਸ਼ਨ ਆਉਂਦਾ ਹੈ ਪੰਜਾਬ ਦੇ ਵਿੱਚ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਅਸੀਂ ਉੱਥੇ ਅਪਲੋਡ ਕਰ ਦਿਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੋ ਅੱਜ ਦੀਆਂ ਪੋਸਟਾਂ ਆਈਆਂ ਨੇ ਜੀ ਇਹ ਐਸਬੀਆਈ ਸਟੇਟ ਬੈਂਕ ਆਫ ਇੰਡੀਆ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਰੈਗੂਲਰ ਅਤੇ ਠੇਕੇ ਦੇ ਆਧਾਰ ਉੱਤੇ ਸਪੈਸ਼ਲਿਸਟ ਕੈਡਰ ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੋਸਟਾਂ ਦੀ ਜੋ ਪ੍ਰਕਿਰਿਆ ਹੈ ਇਸ ਪ੍ਰਕਾਰ ਹੈ ਸਭ ਤੋਂ ਪਹਿਲਾਂ ਜੋ ਪਹਿਲੀ ਪੋਸਟ ਹੈ ਮਾਰਕੀਟਿੰਗ ਕਾਰਜਕਾਰੀ ਅਫਸਰ ਦੀ ਪੋਸਟ ਹੈ ਜਿਸ ਦੇ ਵਿੱਚ ਸਕੇਲ ਦਿੱਤਾ ਜਾਵੇਗਾ ਜੀ ਐਸਐਮਜੀਐਸ ਫੋਰਥ ਸਕੇਲ ਦਿੱਤਾ ਜਾਵੇਗਾ ਭਰਤੀ ਦੀ ਕਿਸਮ ਦੱਸੀ ਹੈ ठेकेदेदार ਦੇ ਉੱਤੇ ਹੋਵੇਗਾ ਤੇ ਪੋਸਟਾਂ ਦੀ ਸੰਖਿਆ 1 ਹੈ ਇਸ ਦੇ ਲਈ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦੇ ਹਾਂ ਕਿ ਇਸ ਦੇ ਵਿੱਚ ਜੋ ਹੈ ਅਲੱਗ-ਅਲੱਗ ਇਸ਼ਤਿਹਾਰ ਨਹੀਂ ਜੀ ਅਸੀਂ ਇੱਕ ਇਕੱਠਾ ਜੋ ਹੈ ਨੋਟੀਫਿਕੇਸ਼ਨ ਦਿਖਾ ਰਹੇ ਹਾਂ ਤੁਹਾਨੂੰ ਅਗਰ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰਨਾ ਹੈ ਤਾਂ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾਣਾ ਹੋਵੇਗਾ ਤੇ ਤੋਂ ਨੋ CRPDSCO 2021 22 ਉਬਲੀ 25 ਦੇ ਉੱਤੇ ਜਾ ਕੇ ਤੁਸੀਂ ਇਹਨਾਂ ਨੂੰ ਅਪਲਾਈ ਕਰਨਾ ਹੋਵੇਗਾ ਅਲੱਗ-ਅਲੱਗ ਇਸ਼ਤਿਹਾਰ ਨੰਬਰ ਨਹੀਂ ਜੀ ਇਸ਼ਤਿਹਾਰ ਨੰਬਰ ਦੇਖ ਕੇ ਹੀ ਤੁਸੀਂ ਅਪਲਾਈ ਕਰਨਾ ਹੈ ਉਸ ਤੋਂ ਬਾਅਦ ਦੂਸਰੀ ਪੋਸਟ ਹੈ ਜੀ ਸਾ ਇੱਕ ਪ੍ਰਬੰਧਕ ਦੀ ਪੋਸਟ ਹੈ ਜੀ ਜੋ ਨੈਟਵਰਕ ਸੁਰੱਖਿਆ ਸਪੈਸ਼ਲਿਸਟ ਦੀ ਪੋਸਟ ਹੈ ਜਿਸ ਦੇ ਵਿੱਚ ਜੋ ਤਨਖਾਹ ਸਕੇਲ ਗ੍ਰੇਡ ਦਿੱਤਾ ਜਾਵੇਗਾ ਜੇ ਐਮ ਜੀ ਐਸ ਬਣ ਦਿੱਤਾ ਜਾਵੇਗਾ ਜੀ ਇਹ ਰੈਗੂਲਰ ਬੇਸ ਦੇ ਉੱਤੇ ਪੋਸਟ ਹੈ ਜੀ ਪੋਸਟਾਂ ਦੀ ਗਿਣਤੀ 15 ਹੈ ਅਤੇ ਇਸ ਦੇ ਲਈ ਤੁਹਾਨੂੰ ਜੋ ਹੈ ਸੀ ਆਰ PDSCO 202122 26 ਇਸ਼ਤਿਹਾਰ ਨੰਬਰ ਦੇਖਣਾ ਹੋਵੇਗਾ ਤੇ ਅਪਲਾਈ ਕਰਨ ਵੇਲੇ ਉਸ ਤੋਂ ਬਾਅਦ ਤੀਸਰੇ ਨੰਬਰ ਦੇ ਉੱਤੇ ਸਹਾਇਕ ਪ੍ਰਬੰਧਕ ਦੀ ਪੋਸਟ ਹੈ ਜੀ ਰੂਟਿੰਗ ਹੈ ਤੇ ਸਵਿਚਿੰਗ ਦੀ ਪੋਸਟ ਹੈ ਜੇ ਐਮ ਐਸ ਜੀ ਐਸ ਦੀ ਪੋਸਟ ਹੈ ਜੋ ਸਕੇਲ ਦਿੱਤਾ ਜਾਵੇਗਾ ਜੀ ਐਮ ਐਨ ਸੀ ਜੀ ਐਸ 1 ਸਕੇਲ ਦਿੱਤਾ ਜਾਵੇਗਾ ਇਹ ਵੀ ਰੈਗੂਲਰ ਪੋਸਟ ਹੈ ਪੋਸਟਾਂ ਦੀ ਗਿਣਤੀ 33 ਹੈ ਤੇ ਤੁਹਾਨੂੰ ਇਸ਼ਤਿਹਾਰ ਨੰਬਰ ਸੇਮ ਦੇਖਣਾ ਹੋਵੇਗਾ ਜੋ CR PDSCO 202122 ਅਵਲੀਕ 26 ਦੇ ਉੱਤੇ ਤੁਹਾਨੂੰ ਵਿਜ਼ਿਟ ਕਰਨਾ ਪਵੇਗਾ ਤੇ ਉੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਚੌਥੇ ਨੰਬਰ ਦੇ ਉੱਤੇ ਜੀ ਸਹਾਇਕ ਉਪ ਪ੍ਰਧਾਨ ਅਨ ਮਾਰਕੀਟਿੰਗ ਸੰਚਾਰ ਦੀ ਪੋਸਟ ਹੈ ਇਸ ਦੇ ਵਿੱਚ ਜੋ ਤਨਖਾਹ ਸਕੇਲ ਦਿੱਤਾ ਜਾਵੇਗਾ ਐਸ ਐਮ ਜੀ ਐਸ ਫੋਰਥ ਸਕੇਲ ਦਿੱਤਾ ਜਾਵੇਗਾ ਤੇ ਟੇਕੇ ਦੇ ਆਧਾਰ ਤੇ ਉੱਤੇ ਪੋਸਟਾਂ ਨੇ ਕੰਟਰੈਕਚੁਅਲ ਪੋਸਟਾਂ ਨੇ ਤੇ ਪੋਸਟਾਂ ਦੀ ਗਿਣਤੀ ਦੋ ਹੈ ਇਸ ਦੇ ਲਈ ਤੁਹਾਨੂੰ ਇਸ਼ਤਿਹਾਰ ਦੇਖਣਾ ਪਵੇਗਾ ਸੀ ਆਰ ਪੀ ਡੀ ਐਸ ਸੀ 2021 22 27 ਨੰਬਰ ਤੁਹਾਨੂੰ ਇਸ਼ਤਿਹਾਰ ਦੇਖਣਾ ਪਵੇਗਾ ਉਸ ਤੋਂ ਬਾਅਦ ਜੀ 5ਵੇਂ ਨੰਬਰ ਦੇ ਉੱਤੇ ਸੀਨੀਅਰ ਕਾਰਜਕਾਰੀ ਡਿਜੀਟਲ ਮਾਰਕੀਟਿੰਗ ਅਫਸਰ ਦੀ ਪੋਸਟ ਹੈ ਜਿਸ ਦੇ ਵਿੱਚ ਤੁਹਾਨੂੰ ਸਕੇਲ ਦਿੱਤਾ ਜਾਵੇਗਾ ਐਮ ਐਮ ਜੀ ਐਸ 2 ਇਹ ਵੀ ਕੰਟਰੈਕਟ ਬੇਸ ਦੇ ਉੱਤੇ ਪੋਸਟਾਂ ਦੀ ਗਿਣਤੀ 1 ਹੈ ਤੇ ਸੀ ਆਰ ਪੀ ਡੀ ਪਬਲਿਕ ਐਸ ਸੀ ਉਹਬਲਿਕ 2021-22 27 ਨੰਬਰ ਤੁਹਾਨੂੰ ਇਸ਼ਤਿਹਾਰ ਦੇਖਣਾ ਪਵੇਗਾ ਉਸ ਤੋਂ ਬਾਅਦ ਸੀਨੀਅਰ ਕਾਰਜਕਾਰੀ ਅਫਸਰ ਦੀ ਪੋਸਟ ਹੈ ਜਨ ਸੰਪਰਕ ਦੀ ਪੋਸਟ ਹੈ ਜੀ ਜਿਸ ਦੇ ਵਿੱਚ ਐਮ ਜੀ ਜੀ ਐਸ 2 ਜੋ ਹੈ ਸਕੇਲ ਦਿੱਤਾ ਜਾਵੇ ਠੇਕੇ ਦੇ ਉੱਤੇ ਪੋਸਟਾਂ ਨੇ ਜੀ ਇੱਕ ਪੋਸਟ ਹੈ ਤੇ ਜੋ CRPDSC 2021 22 27 ਨੰਬਰ ਤੁਹਾਨੂੰ ਇਸ਼ਤਿਹਾਰ ਦੇਖਣਾ ਪਵੇਗਾ ਇਹ ਪੋਸਟਾਂ ਆਈਆਂ ਨੇ ਜੀ SBI ਦੇ ਵੱਲੋਂ ਤੇ ਤੁਹਾਨੂੰ ਪੋਸਟ ਕਿਵੇਂ ਭਰਨੀ ਹੋਵੇਗੀ ਤੁਹਾਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ ਜੋ ਇਸ਼ਤਿਹਾਰ ਸੰਖਿਆ ਉਸ ਨੂੰ ਦੇਖ ਕੇ ਹੀ ਤੁਸੀਂ ਅਪਲਾਈ ਕਰਨਾ ਹੈ ਅਰજી ਦੇ ਨਾਲ ਹੀ ਐਪਲੀਕੇਸ਼ਨ ਫੀਸ ਨੂੰ ਆਨਲਾਈਨ ਜਮ੍ਹਾਂ ਕਰਾਉਣ ਲਈ ਲਿੰਕ ਅਤੇ ਜੋ ਨਾਲ ਹੀ ਪਾਤਰਤਾ ਮਾਪਦੰਡ ਜਿਵੇਂ ਕਿ ਉਮਰ ਯੋਗਤਾ ਸੀਮਾ ਹੈ ਜੀ ਉਹ ਸਾਰੇ ਬੈਂਕ ਦੀ ਵੈਬਸਾਈਟ ਉੱਤੇ ਤੁਸੀਂ ਜਾ ਸਕਦੇ ਹੋ ਜੋ ਬੈਂਕ ਦੀ ਵੈਬਸਾਈਟ ਦੀਆਂ ਲਿੰਕਸ ਨੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਵੇਗੀ ਜਾਂ ਤੁਸੀਂ ਨੋਟ ਕਰ ਲਓ bank.sbi public web public career ਦੇ ਵਿੱਚ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਤੇ ਅਰਜੀ ਜੋ ਸਮਾਂ ਹੈ ਐਪਲੀਕੇਸ਼ਨ ਜਮਾ ਕਰਾਉਣ ਅਤੇ ਫੀਸ ਦਾ ਭੁਗਤਾਨ ਕਰਨ ਵਾਸਤੇ ਜੋ ਤਰੀਕ ਰੱਖੀ ਗਿਆ 5 ਤੋਂ 2022 ਤੋਂ 25 ਤੋਂ 2022 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਤੁਸੀਂ ਕੰਟੈਕਟਸ ਦੇ ਵਿੱਚ ਆਪਣੀ ਇਨਕੁਆਰੀ ਨੂੰ ਪੋਸਟ ਕਰ ਸਕਦੇ ਹੋ ਜਿੱਤੇ ਤੁਹਾਨੂੰ ਰਿਪਲਾਈ ਕੀਤਾ ਜਾਵੇਗਾ ਪੂਰਾ ਡਿਟੇਲ ਦੇ ਵਿੱਚ ਸਾਰੇ ਨੋਟੀਫਿਕੇਸ਼ਨ ਪੜ ਕੇ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਪੋਸਟਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀਆਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੁਣ ਮਿਲਦੇ ਆਪਾਂ ਨਾ ਨਵੀਂ ਵੀਡੀਓ ਦੇ ਵਿੱਚ ਅਤੇ ਨਵੀਆਂ ਪੋਸਟ